ਦੇਸ਼ ਦੀ ਆਜ਼ਾਦੀ ਲੜਨ ਵਾਲੇ ਸੁਤੰਤਰ ਸੈਨਾਨੀਆਂ ਦੇ ਪਰਿਵਾਰਾਂ ਅਤੇ ਉਹਨਾਂ ਦੇ ਉੱਤਰਾਧਿਕਾਰੀਆਂ ਵੱਲ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਹ ਕਹਿਣਾ ਇਹ ਫਰੀਡਮ ਫਾਈਟਰ ਉੱਤਰਾਧਿਕਾਰੀ ਸੰਸਥਾ ਦਾ, ਜਿਨ੍ਹਾਂ ਵੱਲੋਂ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਦੇ ਬੁੱਤ ਦੇ ਨੇੜੇ ਆਪਣੀਆਂ ਮੰਗਾਂ ਨੂੰ ਲੈ ਕੇ ਸਮਰਥਨ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। 31 ਤਰੀਕ ਨੂੰ ਸੁਨਾਮ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰੀ ਸਮਾਗਮ ਕਰਵਾਇਆ ਜਾਵੇਗਾ। ਇਸ ਤੋਂ ਪਹਿਲਾਂ ਇੱਥੇ ਇਸ ਹੜਤਾਲ ਦਾ ਸ਼ੁਰੂ ਹੋ ਜਾਣਾ ਸਰਕਾਰ ਦੇ ਪ੍ਰਬੰਧਾਂ 'ਤੇ ਕਈ ਤਰ੍ਹਾਂ ਦੇ ਸਵਾਲ ਚੁੱਕਦਾ ਹੈ। ਉੱਥੇ ਹੀ ਇਸ ਸੰਸਥਾ ਦੇ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਹਨ, ਪਰ ਸ਼ਹੀਦਾਂ ਦੇ ਪਰਿਵਾਰਾਂ ਦੀ ਕੋਈ ਵੀ ਸਾਰ ਨਹੀਂ ਲਈ ਜਾਂਦੀ। ਇਸ ਮੌਕੇ 'ਤੇ ਔਰਤਾਂ ਨੇ ਵੀ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਅਤੇ ਸਰਕਾਰ ਖਿਲਾਫ਼ ਝੰਡਾ ਚੁੱਕ ਕੇ ਆਪਣੀਆਂ ਮੰਗਾਂ ਨੂੰ ਬੁਲੰਦ ਕੀਤਾ। 26 ਤਰੀਕ ਇਹਨਾਂ ਨੇ ਅਲਟੀਮੇਟ ਨਹੀਂ ਮੰਨਿਆ, ਹੁਣ ਅੱਜ ਅਸੀਂ ਭੁੱਖ ਹੜਤਾਲ 'ਤੇ ਬੈਠੇ ਹਾਂ 28 ਤੋਂ ਲੈ ਕੇ 30 ਤੱਕ। 31 ਤਰੀਕ ਨੂੰ ਉਹ ਅਸੀਂ ਸੰਘਰਸ਼ ਕਰਾਂਗੇ, ਸਰਕਾਰ ਸੋਚ ਨਹੀਂ ਸਕਦੀ, ਅਸੀਂ ਕੁਰਬਾਨੀ ਵੀ ਦੇਣ ਨੂੰ ਤਿਆਰ ਨਹੀਂ ਹੋਵਾਂਗੇ। ਸਰਕਾਰ ਨੂੰ 2 ਸ਼ਰਤਾਂ ਨੇ ਸਾਡੀਆਂ, ਜਾਂ ਸਾਡੀਆਂ ਜਿਹੜੀਆਂ ਮੰਗਾਂ ਲਾਗੂ ਕੀਤੀਆਂ ਮੰਨ ਲੈਣ, ਸਾਡੇ ਪਰਿਵਾਰਾਂ ਦਾ ਕਮਾ ਲੈਣ, ਨਹੀਂ 15 ਅਗਸਤ 26 ਜਨਵਰੀ 'ਤੇ ਜਿਹੜਾ ਧਕਾਉਂ ਚਾਹੇ ਸ਼ਰਧਾ 'ਤੇ ਫੁੱਲ ਭੇਟ ਕਰਨਾ ਇਹ ਖਤਮ ਕਰ ਦੇਣ। ਮੈਂ ਇਹ ਦੇਖਿਆ ਸਰਕਾਰ ਦਾ ਵੀ ਨੌਕਰੀਆਂ ਉਹਨਾਂ ਨੂੰ ਦਿੰਦੀਆਂ ਨੇ ਜਿਹਦਾ ਪਤਾ ਮਰ ਜਾਵੇ ਉਹਦੇ ਪੁੱਤਰ ਨੌਕਰੀ ਮਿਲਦੀ ਹੈ, ਮੇਰਾ ਪੁੱਤਰ ਨੌਕਰੀ ਦੇ ਮੁਕਾਬਲਾ ਹੈ। ਹੁਣ ਮੈਂ 31 ਤਾਰੀਖ ਨੂੰ ਆਪਣਾ ਆਪਦਾ ਆਤਮ ਸਮਰਪਣ ਕਰਨ ਨੂੰ ਤਿਆਰ ਹਾਂ, ਮੈਂ ਮੌਤ ਲਿਆ ਵੀ ਗੱਲ ਲਾਉਣ ਨੂੰ ਤਿਆਰ ਹਾਂ, ਤਾਂ ਕਿ ਮੇਰੇ ਬੱਚੇ ਜ਼ਰੂਰ ਰੋਟੀ ਖਾ ਜਾਣ। ਇਸ ਕਰਕੇ ਸਰਕਾਰ ਨੂੰ ਚੇਤਾਵਨੀ 31 ਤਰੀਕ ਤੋਂ ਪਹਿਲਾਂ ਲਾਗੂ ਕਰਕੇ ਆਉਣ, ਨਾ ਹੀ ਇੱਥੇ ਸ਼ਰਧਾ ਦੇ ਫੁੱਲ ਭੇਟ ਕਰਨ ਨਾ ਆਉਣ। ਸੁਖਵਿੰਦਰ ਕੌਰ ਲੌਂਗੋਵਾਲ, ਕੀ ਸੰਘਰਸ਼ ਹੈ ਤੁਹਾਡਾ? ਸਾਡਾ ਸੰਘਰਸ਼ ਹੈ ਵੀ ਸਰਕਾਰ ਨੂੰ ਅਸੀਂ ਕਹਿ ਕੇ ਜ਼ਰੂਰ ਆ ਰਹੇ ਹਾਂ, ਕਿੰਨੀਆਂ ਸਾਡੀਆਂ ਮੰਗਾਂ ਕਹਿ ਕੇ ਇਹਨਾਂ ਨੇ ਦੇਖ ਕੇ ਕੈਬਨਿਟ ਫੈਸਲੇ ਕਰਕੇ ਲਾਗੂ ਨਹੀਂ ਕਰ ਰਹੇ। ਸਾਨੂੰ 15 ਅਗਸਤ 26 ਜਨਵਰੀ ਨੂੰ ਉਹ ਕਰਨਾ ਪੈਂਦਾ ਹੈ, ਫਿਰ ਵੀ ਨਹੀਂ ਸਾਡੀ ਸੁਣਾਈ ਹੁੰਦੀ, ਸਾਡਾ ਹੱਕ ਨਹੀਂ ਬਣਦਾ ਵੀ ਅਸੀਂ ਘਰ ਚੜ੍ਹ ਗਏ, ਕਿਉਂਕਿ ਅਸੀਂ ਉਹ ਦੇਸ਼ ਭਗਤ ਪਰਿਵਾਰ ਹਾਂ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ਼ ਲੜਾਈ ਲੜੀ, ਅੰਗਰੇਜ਼ਾਂ ਤੋਂ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਅਤੇ ਰਜਵਾੜਾ ਸ਼ਾਹੀ ਦੇ ਖਿਲਾਫ਼ ਵੀ ਲੜੀ। ਮੈਂ ਉਹ ਪਰਿਵਾਰ 'ਚੋਂ ਜਿਹਦੇ ਮੇਰੇ ਬਾਪ ਨੇ ਬਹੁਤ ਜ਼ਿਆਦਾ ਸਜ਼ਾ ਕੱਟ ਕੇ ਅਸੀਂ ਉਹਨਾਂ ਦੇ ਮਗਰੋਂ ਜਨਮ ਲਏ ਨੇ, ਕਿ ਅੱਜ ਅਸੀਂ 5 ਭੈਣਾਂ ਅਸੀਂ ਤਰਸ ਰਹੀਆਂ ਵਾਂ, ਕੋਈ ਸਾਨੂੰ ਕੋਈ ਨੌਕਰੀ ਨਹੀਂ, ਸਾਨੂੰ ਕੋਈ ਵੈਰੀਫਾਈਡ ਨਹੀਂ ਮਿਲਿਆ, ਕੀ ਗੱਲ ਸਰਕਾਰ ਨੇ ਅੱਖਾਂ ਮੀਟੀਆਂ ਨੇ, ਸਾਨੂੰ ਕੋਈ ਹੱਕ ਨਹੀਂ ਮਿਲ ਰਿਹਾ, ਅੱਜ ਇਸ ਕਾਰਨ 'ਤੇ ਅਸੀਂ ਖੜ੍ਹੇ ਹਾਂ, ਮਰ ਜਾਵਾਂਗੇ ਜੇਲ੍ਹਾਂ 'ਚ ਤੁਰ ਜਾਵਾਂਗੇ, ਜੋ ਕੁਛ ਸਾਡਾ ਕਰਨਾ ਅਸੀਂ ਕਰਾਂਗੇ, ਇੱਥੇ ਹੀ ਭੁੱਖ ਹੜਤਾਲ 'ਤੇ ਬੈਠੇ ਰਹਾਂਗੇ, ਸਾਡੀਆਂ ਮੰਗਾਂ ਮੰਗੀਆਂ ਜਾਣ। ਬਿਊਰੋ ਰਿਪੋਰਟ, ਦ TV NRI।